ਹੁਣ ਜਾਣੇ ਆਪਣੇ ਅਗਲੇ ਕੋਲਰ ਹੈਲੋ 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 ਮੈਨੂੰ ਲੱਗਦਾ ਕਾਲ ਡ੍ਰੌਪ ਹੋ ਗਈ ਇਹ ਅਤੇ ਹੁਣ ਅਸੀਂ ਦੇਖਦੇ ਹਾਂ ਆਪਣੇ ਅਗਲੇ ਕਾਲਰ ਵੱਲ ਜਾ ਕੇ ਦੇਖੋ ਕੀ ਕਹਿੰਦੇ ਆ ਅਤੇ ਗੱਲ ਸੀ ਜਦ ਤੱਕ ਅਸੀਂ ਕਾਲਰ ਦਾ ਇੰਤਜ਼ਾਰ ਕਰਦੇ ਹਾਂ ਅਤੇ ਮੈਨੂੰ ਲੱਗਦਾ ਮਿੰਟ ਵੀ ਚਾਰ ਪੰਜ ਰਹਿ ਗਏ ਅਤੇ ਮੰਡੇ ਤੁਹਾਨੂੰ ਪਤਾ ਸ਼ੋਅ ਆਉਂਦਾ 7 ਤੋਂ ਲੈ ਕੇ 8 ਵਜੇ ਤੱਕ ਜਿਹਦੇ ਵਿੱਚ ਅਸੀਂ ਸੋਸ਼ਲ ਇਸ਼ੂ ਕਰਦੇ ਹਾਂ ਅਤੇ ਉਹਦੇ ਵਿੱਚ ਅਸੀਂ ਇਹੀ ਡਿਬੇਟਾਂ ਕਰਦੇ ਹੁੰਦੇ ਹਾਂ ਪਿਛਲੇ 4 ਹਫ਼ਤੇ ਹੋ ਗਏ ਸਾਨੂੰ ਸਟੂਡੈਂਟਾਂ ਦੇ ਕਹਿੰਦੇ ਬਾਰੇ ਪਰ ਹੁਣ ਅਸੀਂ ਨਵੇਂ ਟੌਪਿਕ ਤੁਹਾਡੇ ਕੋਲ ਲੈ ਕੇ ਆਵਾਂਗੇ ਅਤੇ ਇੰਡੀਅਨ ਐਮਬੈਸੀ ਵਾਲਿਆਂ ਨਾਲ ਵੀ ਗੱਲ ਹੋ ਗਈ ਉਹ ਵੀ ਮੰਨ ਗਏ ਕਿ ਹਾਂਜੀ ਆਵਾਂਗੇ ਅਸੀਂ ਅਗਲੇ 4 ਹਫ਼ਤਿਆਂ ਦੇ ਵਿੱਚ ਅਤੇ ਸਾਰੀ ਜਨਤਾ ਨੂੰ ਇਨਫੋਰਮੇਸ਼ਨ ਦੇਵਾਂਗੇ ਇੰਡੀਅਨ ਵੀਜ਼ਿਆਂ ਬਾਰੇ ਬੜੀ ਖੁਸ਼ੀ ਹੋਈ ਬੜੀ ਖਿੱਚ ਧੂ ਕੇ ਅਸੀਂ ਪਤੇ ਆਪ ਜੂ ਕੇ ਲੈ ਕੇ ਆਏ ਉਹਨਾਂ ਨੂੰ ਕਿ ਭਰਾਵਾ ਤੁਹਾਨੂੰ ਗਾਲਾਂ ਨਹੀਂ ਕੱਢਦੇ ਅਸੀਂ ਅਤੇ ਤੁਹਾਨੂੰ ਚਾਹ ਚੂ ਪਿਲਾਵਾਂਗੇ ਬਾਅਦ 'ਚ ਤੁਹਾਨੂੰ ਚਿਕਨ ਚੁਕਨ ਖਿਲਾਵਾਂਗੇ ਅਤੇ ਤਾਂ ਤੁਸੀਂ ਆਇਓ ਜ਼ਰੂਰ ਜੀ ਤੁਹਾਡਾ ਹੀ ਫਾਇਦਾ ਹੋਣਾ ਸਾਡੀ ਜਨਤਾ ਨੂੰ ਦੱਸੋ ਕਿ ਕਿੱਦਾਂ ਇੰਡੀਆ ਦੇ ਵੀਜ਼ੇ ਲਏ ਜਾਂਦੇ ਆ ਅਤੇ ਹੁਣ ਅਸੀਂ ਆਪਣੇ ਅਗਲੇ ਕਾਲਰ ਵੱਲ ਦੇਖ ਰਹੇ ਕੀ ਕਹਿੰਦੇ ਹੈਲੋ 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 ਨਹੀਂ ਮੈਨੂੰ ਲੱਗਦਾ ਇਹ ਵੀ ਕਾਲ ਡ੍ਰੌਪ ਹੋ ਗਈ ਹੈ ਅਤੇ ਹੁਣ ਅਸੀਂ ਆਪਣੇ ਅਗਲੇ ਕਾਲਰ ਵੱਲ ਜਾਂਦੇ ਹਾਂ ਅਤੇ ਦੇਖਦੇ ਕਿ ਕੀ ਕਹਿੰਦੇ ਆ ਕੀ ਨਹੀਂ ਕਿਉਂਕਿ ਸਾਨੂੰ ਵੀ ਟਾਈਮ ਲੱਗ ਜਾਂਦਾ ਕਾਲ ਮਿਲਾਉਣ ਲਈ ਅਤੇ ਜੇ ਤੁਸੀਂ ਫੋਨ ਕਰਦੇ ਹਾਂ ਅਤੇ ਅਸੀਂ ਤੁਹਾਨੂੰ ਤਕਰੀਬਨ ਕੁਛ ਹੋਲਡ ਕਰਕੇ ਨਾ ਕੁਛ ਸਮਾਂ ਬਾਅਦ ਤੁਹਾਨੂੰ ਬਾਅਦ 'ਚ ਕਰਦੇ ਹਾਂ ਤਾਂ ਸਾਨੂੰ ਟਾਈਮ ਲੱਗ ਜਾਂਦਾ ਲਾਈਨ ਲਾਉਣ ਲਈ ਅਤੇ ਉਹਦੇ ਵਿੱਚ ਸਾਨੂੰ ਮਾਫ਼ੀ ਕਰਨਾ ਕਿਉਂਕਿ ਧੜਾ ਧੜ ਕਾਲ ਦੀ ਸਿਸਟਮ ਸਾਡੇ ਕੋਲ ਕੈਪੇਬਿਲਿਟੀ ਹੈ ਨਹੀਂ ਆ ਤਾਂ ਸਾਨੂੰ ਪਤਾ ਟੀ ਵੀ ਸਟੇਸ਼ਨ ਸੌਖੇ ਨਹੀਂ ਚੱਲਦੇ ਤਕਰੀਬਨ 50,000 ਪਾਉਂਡ ਮਹੀਨੇ ਦਾ ਖਰਚ ਹੁੰਦਾ ਤਾਂ ਟੀ ਵੀ ਸਟੇਸ਼ਨ ਚੱਲਦਾ ਹੈ ਇੱਕ ਘੰਟੇ ਦਾ ਖਰਚ ਹੀ 250 ਪਾਉਂਡ ਦਾ ਤੁਹਾਨੂੰ ਪੈ ਜਾਂਦਾ ਟੀ ਵੀ ਸਟੇਸ਼ਨ ਦਾ ਚਲਾਉਣ ਦਾ ਤਾਂ ਆਹ ਤੁਸੀਂ ਹਿਸਾਬ ਹੁਣ ਲਾਈ ਜਾਓ ਕਿੰਨੇ ਪਾਉਂਡ ਲੱਗਦੇ ਤਾਂ ਗੱਲ ਬਣਦੀ